ਹਾਂਜੀ ਬੋਬੋ ਕਰਦੇ ਆ ਸਵਾਗਤ ਤੁਹਾਡੇ ਆਪਦੇ YouTube ਚੈਨਲ ਤੇ ਜਿਹੜਾ ਵੀਰ ਭਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬਰ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਟ ਕਰ ਦਿਓ ਸੈਟ ਤਾ ਕਿਸ ਨੂੰ ਹੋਰ ਨਵੀਆਂ ਵੀਡੀਓ ਮਿਲਦੀਆਂ ਰਹਿਣ। ਸਭ ਤੋਂ ਪਹਿਲਾਂ ਛੜਾ ਹੈਲਪਲਾਈਨ ਨੰਬਰ ਕਰੋ ਨੋਟ ਇਸ ਤੇ ਪੰਜ ਤੋਂ ਛੇ ਫੋਟੋਆਂ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਕੇ ਕਿਸੇ ਵੀ ਮਸ਼ੀਨਰੀ ਦੀ ਐਡ ਚੈਨਲ ਤੇ ਲਵਾ ਸਕਦੇ ਹੋ। ਸਭ ਤੋਂ ਪਹਿਲਾਂ ਦੱਸ ਦਈਏ ਆਪਾਂ ਡੰਗਰਾਂ ਦੇ ਕਾਰਾਂ ਦੀ ਐਡ ਚੈਨਲ ਉੱਤੇ ਨਹੀਂ ਲਾਵਾਂਗੇ ਤੇ ਅੱਜ ਆਪਾਂ ਛੋਟੇ ਲਈ ਕਾਫੀ ਟਰੈਕਟਰ ਲੈ ਕੇ ਆਏ ਆ। ਸੋ ਛਤਰਾ ਲ ਕਰਦੇ ਆ ਆਪਾਂ ਨਿਊ ਹੋਲੈਂਡ 36 ਦੀ ਸੁਪਰ ਦੀ ਜਿਸ ਦਾ ਇਹ ਮਾਡਲ ਹੈ 2015 ਮਾਡਲ ਹੈ ਟਰੈਕਟਰ ਦਾ। ਜੇ ਆਪਾਂ ਇਹ ਟਾਈਮ ਦੀ ਗੱਲ ਕਰੀਏ 40 ਪਹਿ ਟਾਇਰ ਪੈਣੇ ਨਾਲ ਦੇ ਟਾਇਰ ਨੇ ਹੈਵੀ ਬੰਪਰ ਨਾਲਾ ਟਰੈਕਟਰ ਦੇ ਪਿਆਵ ਨੰਬਰ ਟਰੈਕਟਰ ਹੈ ਬਾਡੀ ਚਾਹ ਦਰੰਗ ਲਿੰਕਾ ਰੰਗਸਾਰ ਨਾਲ ਟਰੈਕਟਰ ਦਾ ਕਿਤੇ ਬੁਰਸਤ ਨਹੀਂ ਫਿਰਿਆ ਪੂਰੀ ਸਾਸਮਾਲ ਜੈਡ ਰੱਖਿਆ ਗਿਆ ਡੰਡਾ ਡਰਾਵਲ ਨਾਲਾ ਟਰੈਡ ਦੇ ਤੇ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜਣਗੇਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਕੰਪ੍ਰੇਸ਼ਨ ਕੋਈ ਪਾਰਟ ਸਟੇ ਨਹੀਂ ਹੋਇਆ ਉਹ ਕੋਈ ਰਿਪੇਅਰ ਨਹੀਂ ਪਾਲਦਾ ਜਿਹੜਾ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਹੀ ਸਾਦੇ ਹੋ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀ ਰੂਹਨੀਆ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 4,25,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੋਈ ਟਾਈਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕਾਂ ਦਾ ਸਮਰਾਲਾ ਏਰੀਆ ਤੇ ਹੁਣ ਆਪਾਂ ਗੱਲ ਕਰਦੇ ਆ ਫਾਰਮਰ ਟ੍ਰੈਕ 60 ਦੀ ਜਿਹਦਾ ਇਹ ਮਾਡਲ ਹੈ 2000 ਮਾਡਲ ਟਰੈਕਟਰ ਦਾ ਸਭ ਤੋਂ ਪਹਿਲਾਂ ਦੱਸ ਦਈਆ ਆਪਾਂ ਕਿ ਆਹ ਟਰੈਕਟਰ ਵੀ ਉਹੀ ਮਾਲਕ ਵੀਰ ਹੁਣੀਆਂ ਲਵੇ ਆ ਜਿੰਨਾਂ ਲਵੇ ਪਹਿਲਾਂ ਟਰੈਕਟਰ ਦੀਗਾ ਤੇ ਫੋਲੋਪ ਦੀਆ ਕੰਡੀਸ਼ਨ ਦੇ ਵਿੱਚ ਰੈਟਰ ਪਿਆ ਜੇ ਆਪਾਂ ਇਹ ਟੈਨ ਦੀ ਗੱਲ ਕਰੀਏ 6700 ਰੁਪਏ ਹੈ ਟਾਇਰ ਪੈਣੇ ਹੁੱਡ ਨਾਲਾ ਟਰੈਕਟਰ ਦੇ ਬਾਡੀ ਚਾਸਿਸ ਦਾ ਰੰਗ ਲਿੰਕਾ ਰੰਗਸ ਨਾਲ ਦਾ ਟਰੈਕਟਰ ਦਾ ਕਿਤੇ ਵੀ ਬੁਰਸ਼ਤ ਨਹੀਂ ਫਿਰਿਆ ਪੂਰੀ ਸਸਮਾਲ ਦੇ ਵਿੱਚ ਟਰੈਕਟਰ ਰੱਖਿਆ ਗਿਆ ਹੈ ਚਿੱਪ ਵਾਲੀ ਕਾਪੀ ਹੈ ਟਰੈਕਟਰ ਦੀ ਪੰਜਾਮ ਨੰਬਰ ਟਰੈਕਟਰ ਹੈ 3 ਡਬਲ ਕਲਚ ਹੈ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਜਿਹੜਾ ਵੀ ਵੀਰ ਭਰਾ ਟਰੈਕਟਰ ਲੈਣ ਲਈ ਚਾਹਵਾਨ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਇਹ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 215000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਮਾਲਕਾਂ ਦਾ ਜਿਹੜਾ ਏਰੀਆ ਹੈ ਉਹ ਹੈਗਾ ਸਮਰਾਲਾ ਤੇ ਹੁਣ ਨਾ ਪਗਲ ਕਰਦੇ ਆ ਸਿਵਰਾਜ 855 ਦੀ ਜਿਸ ਦਾ ਇਹ ਮਾਡਲ ਹੈ 21999 ਮਾਡਲ ਹੈ ਟਰੈਕਟਰ ਦਾ ਜੇ ਆਪੇ ਟੈਂ ਦੀ ਗੱਲ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਚਾਰੋਂ ਟਾਇਰ ਪੈਣੇ ਹੈ ਇਹ ਬੈਂਟਰੀ ਵੀ ਨਿਊ ਹੈ ਟਰੈਕਟਰ ਦੀ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਬਾਡੀ ਚੈਸ ਦੇ ਰੰਗ ਨਹੀਂ ਕਾਂ ਰੰਗ ਨਾਲ ਟਰੈਕਟਰ ਦਾ ਇੱਕ ਤੇ ਬਰਸਤ ਨਹੀਂ ਫਿਰਿਆ ਪੂਰੀ ਸਾਫ ਸਮਾਲ ਦੀ ਚੈਟਰ ਰੱਖਿਆ ਗਿਆ ਹੈ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਰੈਡਰ ਪਿਆ ਹੈ ਜਿਹੜਾ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਰੈਡਰ ਖੀਸਾ ਦੇਉ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 240000 ਰੁਪਇਆ ਜੋ ਕਿ ਮੌਕੇ ਤੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਕੰਟ੍ਰੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕਾਂ ਦਾ ਜੁਵੇਰੀਆ ਹੋ ਹੈਗਾ ਮੋਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਵਰਾਜ 735FE 2 ਸਟਾਰ ਦੀ ਜਿਸ ਦਾ ਇਹ ਮਾਡਲ ਹੈ 2002 ਮਾਡਲ ਹੈ ਟਰੈਕਟਰ ਦਾ ਅੱਜ ਆਪੇ ਟਾਈਮ ਦੀ ਗੱਲ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਟਾਇਰ ਨੇ ਪੰਜਾਬ ਨੰਬਰ ਟਰੈਕਟਰ ਹੈ ਬਾ ਡਿਜ਼ਾਈਸ ਦਰਾਂਗ ਲਿੰਕਾਂ ਰਾਂਗ ਸਾਰਨ ਆਦਰ ਟਰੈਕਟਰ ਦਾ ਕਿਤੇ ਵੀ ਵਰਤਿਆ ਨਹੀਂ ਫਿਰਿਆ ਪੂਰੀ ਸਾਹ ਸਮਾ ਲਿਆ ਚੈਟਰ ਰੱਖਿਆ ਗਿਆ ਹੁੱਡ ਨਾਲ ਆ ਟਰੈਕਟਰ ਦੇ ਮਰਲੇ ਮਰਾਟਾਂ ਟੇਪਿੰਗ ਹੋਈ ਹੋਈ ਆ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਆ ਕੋਈ ਗੰਬੇਸ਼ ਨਹੀਂ ਕੋਈ ਪਾਰਟਸ ਨਹੀਂ ਹੋਇਆ ਹੋਇਆ ਕੋਈ ਬੇਅਰ ਨਹੀਂ ਭਾਲਦਾ ਜਿਹੜਾ ਵੀਰਪਰਾ ਟਰੈਕਟਰ ਲੈਣ ਲਈ ਚਾਹ ਬਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਸੀ ਸਾਦੇਉ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 245000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕਾਂ ਦਾ ਜੁਵੇਰੀਆ ਉਹ ਹੈ ਗਿਆ ਭਾਗਾ ਪੁਰਾਣਾ ਤੇ ਹੁਣ ਨਾ ਪਗਲ ਕਰਦੇ ਆ 4855 ਦੀ ਗੀਸ ਦੇ ਉਹ ਮਾਡਲ ਹੈ 2000 ਮਾਡਲ ਦਾ ਟਰੈਕਟਰ ਦਾ ਜਆਪੇ ਟਾਇਰ ਦੀ ਗੱਲ ਕਰੀਏ 50 ਪੈਸੇ ਟਾਇਰ ਪੈਣੇ ਫਸਟ ਪਾਰਟੀ ਨਾਮਾ ਟਰੈਕਟਰ ਹੈ ਇੰਜਣ ਗੀਅਰ ਲੈਫਟ ਪੰਪ ਦਾ ਟਰੈਕਟਰ ਫੋਲੋ ਕੀ ਹੈ ਕੋਈ ਗੈਂਬੇਸ਼ ਨਹੀਂ ਕੋਈ ਪਾਰ ਟੈਸਟ ਨਹੀਂ ਹੋਇਆ ਹੋਇਆ ਕੋਈ ਪੇਰ ਨਹੀਂ ਪਾਲਦਾ ਬਾਡੀ ਚਾਸ਼ ਦਾ ਰੰਗ ਲਿੰਕਾ ਰੰਗ ਸਾਰ ਨਾਲ ਟਰੈਕਟਰ ਦਾ ਕਿਤੇ ਬਰਸਤਾਨੀ ਵਿਰੇਪੁਰੀ ਸਾਸ ਹਮਾਲ ਦੇ ਚੈਟਰ ਰੱਖਿਆ ਗਿਆ ਜਿਹੜਾ ਵੀਰਪਰਾ ਟਰੈਕਟਰ ਲੈਣ ਲਈ ਚਾਹਵਾਨ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਸੀ ਸਾਦੇ ਪੰਜਾਬ ਨੰਬਰ ਟਰੈਕਟਰ ਹੈ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਏ ਹੈ ਜਿਹੜਾ ਵੀਰਪਰਾ ਟਰੈਕਟਰ ਲੈਣ ਲਈ ਚਾਹਵਾਨ ਹੋਵੇ ਮਾਲਕ ਨਾਲ ਸੰਪਰਕ ਕਰਕੇ ਟਰੈਕਟਰ ਸੀ ਸਾਦੇ ਜੇ ਆ ਪੈਡ ਰਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 2 ਲੱਖ ਬਚੀ 1000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟ੍ਰੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ 사ਦੇ ਹੋ ਤੇ ਮਾਲਕਾਂ ਦਾ ਜ਼ਵੀਰੀਆ ਹੋਇਆ ਹੈ ਸੰਗਰੂਰ ਤੇ ਹੁਣ ਆਪਾਂ ਗੱਲ ਕਰਦੇ ਹਾਂ HMT 5911 ਦੀ ਜਿਸ ਦਾ ਇਹ ਮਾਡਲ ਹੈ 1998 ਮਾਡਲ ਦਾ ਟਰੈਕਟਰ ਦਾ ਜੇ ਆਪੇ ਟੈਨ ਦੀ ਗੱਲ ਕਰੀਏ ਮਗਲੇ ਟੈ ਟਰੈਕਟਰ ਦੇ 75 80 ਪੈਸੇ ਅਗਲੇ ਟੈ ਟਰੈਕਟਰ ਦੇ 50 55 ਪੈਸੇ ਪਏ ਨੇ ਬਾਡੀ ਚਾਹਸੀ ਦਾ ਰੰਗ ਲਿੰਕਾ ਦਾ ਰੰਗ ਸਾਰ ਨਾਲ ਟਰੈਕਟਰ ਦਾ ਕਿਤੇ ਬਰਸਤਾ ਨਹੀਂ ਫਿਰਿਆ ਪੂਰੀ ਸਾਸਮਾਲ ਦੀ ਚੈਟ ਰੱਖਿਆ ਗਿਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲੋ ਕੇ ਆ ਕੋਈ ਕੰਪ੍ਰੇਸ਼ਨ ਕੋਈ ਪਾਰਟ ਚੇਨ ਨਹੀਂ ਹੋਇਆ ਹੋਇਆ ਕੋਈ ਰੇਅਰ ਨਹੀਂ ਪਾਲਦਾ ਜਮੀ ਕੋਕਾ ਪਿਸ ਟਰੈਕਟਰ ਪਿਆ ਤੇ ਅਗਲੇ ਟੈਨ ਦੇ ਮਗਰਾੜ ਚੜੇ ਹੋਏ ਨੇ ਤੇ ਹੁੱਡਣ ਵਾਲਾ ਟਰੈਕਟਰ ਦੇ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਸੀ ਸਾਦਾ ਹੈ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 240000 ਜੋ ਕਿ ਮੌਕੇ ਦੇ ਥੋੜਾ ਬੋਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕਾਂ ਦਾ ਜੁਵੇਰੀਆ ਹੈ ਉਹ ਹੈਗਾ ਮੁਕਤੀ ਸਰ ਬਾਬੋ ਕਰਦੇ ਆ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਹੈ ਵੀਰ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾ ਅਲੱਗੇ ਘੰਟੀ ਦੇ ਆਪਸ਼ਨ ਨੂੰ ਹਾਲ ਤੇ ਕਰ ਦਿਓ ਸੈੱਟ ਤਾਂ ਕਿ ਤੁਹਾਨੂੰ ਹੋਰ ਨਵੇਂ ਤੇ ਨਵੀਆਂ ਵੀਡੀਓ ਚੈਨਲ ਤੇ ਮਿਲਦੀਆਂ ਰਹਿਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ